अस्सलाम वालेकुम जी, मैं थोड़ा अपना होस्ट बाबा जी, सेव हिस्टोरिकल प्लेसिस ऑफ द पाकिस्तान के नाल सेव गुरुद्वारा एंड टेंपल्स ऑफ पाकिस्तान पंजाब पेज, ये है मेरा पाकिस्तान और सिख पीरियड फुटस्टेप्स इन पाकिस्तान। मैं आज आया हुआ वहाँ पिंड हरी सिंह फैसलाबाद तो तकरीबन कोई 12 तो 15 किलोमीटर अगर 6 किलोमीटर से का। अच्छा, पुराने 6 किलोमीटर जड़े ने ओदे तो बाईपास तो मशरक वाली साइड ते है, ईस्ट वाली साइड ते आंदा है। ठीक है जी, समुंदरी रोड दे उते ऐ जी पिंड दा नाम जड़ा हरी सिंह, ऐ पिंड है हरी सिंह, ओ हरी सिंह 233 चक नंबर 233 हरी सिंह। जिहड़े ओ लोग जिहड़े मेरे भरा ਪੈਣਾ ਜਿਹੜੀਆਂ ਕਹਿੰਦੇ ਨੇ ਕਿ ਪਾਕਿਸਤਾਨ ਨੇ ਹਰ ਸ਼ੈ ਬਦਲ ਦਿੱਤੀ, ਨਕਸ਼ਾ ਬਦਲ ਦਿੱਤਾ, ਸਭ ਕੁਝ ਬਦਲ ਦਿੱਤਾ। ਇਹ ਦੇਖੋ ਮੈਂ ਇਸ ਵਕਤ ਖਲੋਤਾ ਹੋਇਆ ਵਾਂ ਪਿੰਡ ਹਰੀ ਸਿੰਘ ਦੇ ਵਿੱਚ, ਕਣਕਾਂ ਪੱਕਣ ਨੂੰ ਹੈ ਬਿਲਕੁਲ, ਔਰ ਹੱਸਦਾ ਵਸਦਾ ਮੇਰਾ ਪੰਜਾਬ, ਅਤੇ ਮੇਰੇ ਨਾਲ ਬਜ਼ੁਰਗ ਨੇ ਪਿੰਡ ਦੇ ਜਿਹੜੇ ਕਿ ਮਾਈਗ੍ਰੇਟ ਹੋ ਕੇ ਆਏ ਨੇ। ਅਸਲਾਮ ਵਾਲੇਕੁਮ ਬਜ਼ੁਰਗੋ। ਵਾਲੇਕੁਮ ਸਲਾਮ ਬਜ਼ੁਰਗੋ, ਕੀ ਇਸਮ ਸ਼ਰੀਫ ਆਪਣਾ? ਹਾਂਜੀ, ਕੀ ਨਾਮ ਆ ਤੁਹਾਡਾ? ਅੱਛਾ ਜੀ, ਤੁਹਾਡੇ ਵਾਲਦ ਦਾ ਕੀ ਨਾਮ? ਦੀਨ ਮੋਹਨ। ਤੁਸੀਂ ਕਿੱਥੋਂ ਆਏ ਮਹਾਜਰ ਹੋ ਕੇ? ਅਸੀਂ ਜੀ ਆਏ ਜ਼ਿਲ੍ਹੇ ਜਲੰਧਰ ਚੋਂ। ਜੀ, ਜ਼ਿਲ੍ਹੇ ਜਲੰਧਰ ਚੋਂ, ਰਿਆਸਤ ਕਪੂਰਥਲਾ ਸੀ। ਕਪੂਰਥਲਾ, ਕਪੂਰਥਲਾ ਮਹਾਰਾਜੇ ਦੀ ਰਿਆਸਤ ਸੀ। ਅੱਛਾ, ਠੀਕ ਹੈ। ਅਤੇ ਉਹਦੇ ਸੀ ਪਿੰਡ, ਸ਼ਹਿਰ ਸੀਗਾ, ਤਹਿਸੀਲ ਸੀਗੀ ਸੁਲਤਾਨਪੁਰ ਲੋਹੀਆਂ। ਸੁਲਤਾਨਪੁਰ ਲੋਹੀਆਂ, ਅਤੇ ਪਿੰਡ ਸੀ ਨਾਲ ਗਾਜ਼ੀਪੁਰ। ਗਾਜ਼ੀਪੁਰ ਦੇ, ਠੀਕ ਹੋ ਗਿਆ ਜੀ। ਇਹ ਬਜ਼ੁਰਗ ਗਾਜ਼ੀਪੁਰ ਤੋਂ ਮਹਾਜਰ ਹੋ ਕੇ 47 'ਚ ਪਾਕਿਸਤਾਨ ਆਏ ਨੇ, ਔਰ ਇਹਨਾਂ ਨੂੰ ਚੰਗਾ ਭਲਾ ਸਾਰਾ ਕੁਛ ਯਾਦ ਹੈ ਕਿ 47 ਦੇ ਮੁਤਲਕ ਜਿਹੜਾ ਅੱਜ ਕੋਈ ਮੈਂ ਖੋਰੇ ਸੱਚ 47 ਦੇ ਜਿਹੜੇ ਨੇ ਉਸ ਹਵਾਲੇ ਦੇ ਨਾਲ ਮੈਂ ਬਜ਼ੁਰਗਾਂ ਕੋਲੋਂ ਕੁਛ ਸਵਾਲ ਕਰਨਾ ਵਾਂ। ਹਰੀ ਸਿੰਘ ਪਿੰਡ ਹੈ ਔਰ ਬਜ਼ੁਰਗ ਨੇ। ਅੱਛਾ ਬਜ਼ੁਰਗੋ, ਮੈਨੂੰ ਇਹ ਦੱਸੋ ਕਿ ਤੁਹਾਡੀ ਉਮਰ ਉਸ ਵੇਲੇ ਕਿੰਨੀ ਸੀਗੀ? ਉਸ ਵੇਲੇ 10-11 ਸਾਲ ਸੀ। ਤੁਹਾਨੂੰ ਚੰਗੀ ਭਲੀ ਹੋਸ਼ ਸੀ ਹਰ ਗੱਲ ਦੀ? ਹਰ ਗੱਲ ਦਾ ਪਤਾ। ਹੱਸ। ਅੱਛਾ, ਕੋਈ ਮੈਨੂੰ ਆਪਣੇ ਯਾਰਾਂ ਦੋਸਤਾਂ ਦੇ ਨਾਮ ਦੱਸੋ ਜਿਹੜੇ ਇਹ ਤੁਹਾਡੇ ਨਾਲ ਉੱਥੇ ਹੁੰਦੇ ਸੀ ਉੱਥੇ? ਹਾਂਜੀ, ਉੱਥੇ ਸੀ ਜੀ। ਹੁਣ ਇੱਥੇ ਹੈਗਾ ਹਾਜੀ ਇਬਰਾਹੀਮ, ਮੇਰੇ ਤੋਂ ਛੋਟਾ 2 ਸਾਲ। ਅੱਛਾ ਅੱਛਾ, ਭਾਈ ਆਪਣੇ ਬਰਾਦਰੀ ਚੋਂ ਹੀ ਆ। ਅੱਛਾ ਅੱਛਾ ਅੱਛਾ, ਤੁਹਾਡੀ ਬਰਾਦਰੀ ਚੋਂ। ਇਬਰਾਹੀਮ ਸੀ, ਮਜੀਦ ਸੀ, ਮੇਰਾ ਹਾਣੀ ਸੀ ਅਬਦੁਲ ਮਜੀਦ। ਨਹੀਂ, ਉੱਧਰ ਦੇ ਤੁਹਾਡੇ? ਉੱਧਰ ਦੇ, ਉੱਧਰ ਦੇ ਜਿਹੜੇ ਹਾਣੀ ਸੀਗੇ ਤੁਹਾਡੇ? ਕੁਝ ਹੈਗੇ ਵੀ ਇਬਰਾਹੀਮ ਇੱਥੇ ਆ, ਤੇ ਮਜੀਦ ਜਿਹੜਾ ਉਹ ਅਨਸਾਰ ਕਮਿਊਨਿਟੀ ਚ ਰਹਿੰਦਾ। ਤੇ ਸਿੱਖਾਂ ਚ ਵੀ ਤੁਹਾਡੇ ਕੋਈ ਦੋਸਤ ਸੀ? ਹਾਂਜੀ, ਸਿੱਖਾਂ ਚ ਵੀ ਤੁਹਾਡੇ ਦੋਸਤ ਹੁੰਦੇ ਸੀ? ਨਹੀਂ। ਅੱਛਾ, ਆਪਣੇ ਦੋਸਤ ਉੱਥੇ ਨਹੀਂ ਸੀ? ਉੱਥੇ ਸਿੱਖ ਬਰਾਦਰੀ ਨਹੀਂ ਸੀਗੀ ਉੱਥੇ? ਅਸੀਂ ਹੌਲੇ ਸੀ ਉਦੋਂ, ਤੈਨੂੰ ਪਤਾ। ਅੱਛਾ, ਵੱਡਿਆਂ ਦੇ ਹੈਗੇ ਸੀ, ਅਸੀਂ ਤੇ ਹੌਲੇ ਸੀ। ਅੱਛਾ ਅੱਛਾ, ਛੋਟੀ ਪਿੰਡ ਦੇ ਵਿੱਚ ਸਿੱਖ ਕੋਈ ਨਹੀਂ ਸਾਡੇ ਪਿੰਡ ਚ। ਅੱਛਾ, ਤੁਹਾਡੇ ਪਿੰਡ ਚ ਨਹੀਂ ਸੀ? ਆਸੇ ਪਾਸੇ ਪਿੰਡ ਹੈਗੇ ਛੋਟੇ ਛੋਟੇ ਸਿੱਖਾਂ ਦੇ। ਅੱਛਾ 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 ਅੱਛਾ, ਤੇ ਕੋਈ ਤੁਹਾਨੂੰ ਕੋਈ ਯਾਦ ਹੋਏ ਆਪਣੇ, ਕੋਈ ਜਿਹੜੀ ਖਾਸ ਪਿੰਡ ਦੀ ਗੱਲ ਜਿਹੜੀ ਹੈ ਤੁਹਾਨੂੰ, ਜਿਹੜੀ ਅੱਜ ਵੀ ਯਾਦ ਆਉਂਦੀ ਹੈ ਆਪਣੇ? ਹਾਂਜੀ, ਕੋਈ ਸ਼ਾਇ ਖਾਸ ਦੱਸੋ। ਸਾਡੇ ਖਾਸ ਫਸਲਾਂ ਇਹੋ ਹੀ ਹੁੰਦੀਆਂ ਸੀ, ਕਮਾਦ, ਮਕਾਈ, ਮਿਰਚਾਂ, ਮੂੰਜੀ, ਹਰ ਸ਼ੈ ਹੁੰਦੀ ਸੀ, ਕਣਕ, ਹਰ ਸ਼ੈ ਬੀਜਦੇ ਸੀ। ਅੱਛਾ, ਹਰ ਸ਼ੈ ਬੀਜਦੇ ਸੀ। ਨਹੀਂ, ਕੋਈ ਗੱਲ ਜਿਹੜੀ ਕੋਈ ਯਾਦ ਆਉਂਦੀ ਹੋਏ, ਜਿਹੜੀ ਆਪਣੇ ਪਿੰਡ ਦੀ ਯਾਦ ਆਉਂਦੀ ਹੋਏ ਉੱਥੇ ਦੀ? ਪਿੰਡ ਦੀਆਂ ਗੱਲਾਂ ਹੁਣ ਯਾਦਗਾਰ ਹੀ ਆਉਂਦੀਆਂ, ਉਹਦੇ ਵੀ ਨਿਗਾਹ ਜਿਹਾ ਆਉਂਦਾ, ਬਿੱਲ ਵੇਖਦੇ ਹਾਂ, ਅਤੇ ਡੰਗਰ ਬਹੂ ਚਾਰਦੇ ਹੁੰਦੇ ਸੀ, ਸਾਡੇ ਨਾਲ ਦੀ ਵਹੀ ਲੰਘਦੀ ਸੀ, ਮੱਛੀ ਉਹਦੇ 'ਚੋਂ ਆਮ ਫੜਦੇ ਹੁੰਦੇ ਸੀ ਲੋਕ। ਅੱਛਾ ਅੱਛਾ ਅੱਛਾ, ਖਾਣੀ ਤਾਜ਼ੀ ਫੜ ਕੇ ਲੋਕਾਂ। ਠੀਕ ਠੀਕ ਠੀਕ, ਮੇਲਾ ਸਾਡੇ ਲਾਗੇ ਇੱਕ ਸੰਗ ਲੱਗਦਾ ਸੀ ਬੜਾ ਤਾੜਾ। ਅੱਛਾ, ਤੇ ਸੁਲਤਾਨਪੁਰ ਚੌਂਕੀਆਂ ਦਾ ਮੇਲਾ ਲੱਗਦਾ ਸੀ? ਗੱਲਾਂ ਦਾ ਪਤਾ ਯਾਦ ਹੈ ਤੁਹਾਨੂੰ? ਤੇ ਕੋਈ ਆਪਸ 'ਚ ਨਾਰਾਜ਼ਗੀ, ਕਿਸੇ ਨਾਲ ਲੜਾਈ ਝਗੜਾ ਨਹੀਂ ਸੀ? ਸਾਰੇ ਰਲ ਮਿਲ ਕੇ ਰਹਿੰਦੇ ਸੀ? ਉੱਥੇ ਕੋਈ ਝਗੜਾ ਨਹੀਂ ਸੀ, ਸਭ ਖੁਸ਼ਬਾਸ਼ ਰਹਿੰਦੇ ਸੀ, ਸਾਰੇ ਇੱਕ ਦੇ ਇੱਕ ਬਰਾਦਰੀ ਸੀ, ਸਾਰੀ ਰਾਈਆਂ ਦੀ, ਰਾਈਆਂ ਦੀ ਬਰਾਦਰੀ ਸੀ, ਸਾਰੀ ਰਾਈਆਂ ਦੀ ਬਰਾਦਰੀ। ਸਹੀ, ਨਹੀਂ ਮੈਂ ਉਦਾਂ ਕਹਿ ਰਿਹਾ ਕਿ ਤੁਸੀਂ ਸਾਰੇ ਦੇ ਸਾਰੇ ਜਿਹੜੇ ਸੀ, ਆਖਰ ਤੁਹਾਡੇ ਲਾਗੇ, ਤੁਸੀਂ ਦੱਸਿਆ ਸਿੱਖਾਂ ਦੇ ਪਿੰਡ ਵੀ ਸੀ, ਹਿੰਦੂਆਂ ਦੇ ਪਿੰਡ ਵੀ ਸੀ, ਤੁਹਾਡੇ ਨਾਲ ਕਦੀ ਲੜਾਈ ਝਗੜਾ ਨਹੀਂ, ਕੋਈ ਨਾਰਾਜ਼ਗੀ ਨਹੀਂ, ਕੁਛ ਵੀ ਨਹੀਂ, ਮਤਲਬ ਪਿਆਰ ਮੁਹੱਬਤ ਨਾਲ ਰਹੀਦਾ ਸੀ? ਜਦੋਂ ਆਉਣ ਲੱਗਿਆ ਉਦੋਂ ਮੁਖਾਲਫਤ ਕਰਦੇ ਸੀ, ਉਦੋਂ ਮਾਰ ਵਾਰ ਲੋਕਾਂ ਨੂੰ ਕਰਦੇ ਸੀ। ਅੱਛਾ 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 ਅੱਛਾ, ਸਾਡੇ ਨਾਲ ਨਹੀਂ ਹੋਈ, ਸਾਡੇ ਕੈਂਪ ਨਾਲ ਨਹੀਂ ਹੋਈ, ਤੁਹਾਡੇ ਕੈਂਪ ਨਾਲ ਨਹੀਂ ਹੋਈ? ਸਾਡੇ ਟਿੱਕੇ ਵਾਲਾ ਹੈਗਾ ਉੱਥੇ ਬੈਠਾ, ਹਰੀ ਸਿੰਘ ਦਾ ਕਿੰਨਾ ਰਕਬਾ ਜੀ? 12 ਮਰਬੇ ਦੱਸਿਆ ਤੁਸੀਂ? ਹਰੀ ਸਿੰਘ ਦਾ 12 ਮਰਬੇ ਸੀ।
ਫੇਰ ਅੱਗੇ ਨਾਲ ਪੰਜ ਮਰਬੇ ਉਹ ਸਪੂਰਨ ਸਿੰਘ ਦੇ ਸੀ ਝੰਡਾ ਸਿੰਘ ਦੇ ਝੰਡਾ ਸਿੰਘ ਦੇ ਪੰਜ ਮਰਬੇ ਸੀ ਇੱਥੋਂ ਇਹ ਬੰਨੇ ਤੋਂ ਪੂਰਾ ਮੀਲ ਆ ਉਹ ਪੰਜ ਮਰਬੇ ਆ ਪੂਰੇ ਉੱਥੇ ਅੱਛਾ 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 ਪੰਜ ਉਹ ਸੀ ਪੰਜ ਤੇ ਉੱਧਰ ਸੀ ਦੀਵਾਨਾਂ ਦੇ ਦਸ ਮਰਬੇ ਦਸ ਮਰਬੇ ਸੀ ਕੋਠੀ ਬਣਾਈ ਸੀ ਇੱਥੇ ਉਹ ਕੋਠੀ ਸਾਡੇ ਹੀ ਬੰਦੇ ਆ ਉਹ ਚੌਧਰੀ ਯਾਜ ਆ ਉਹ ਡੇਰਾ ਚੌਧਰੀ ਯਾਜ ਦਾ ਠੀਕ ਹੈ ਤੇ ਇਹ ਸਾਡੇ ਪਿੰਡ ਦੇ ਹੀ ਆ ਪਿੱਛੋਂ ਵੀ ਇਹਦਾ ਚਾਚਾ ਇੱਥੇ ਚੌਧਰੀ ਚੌਧਰੀ ਸੀਗਾ ਇਹਦਾ ਪਿਓ ਪਾਸਪੋਰਟ ਦਾ ਡਾਇਰੈਕਟਰ ਰਿਟਾਇਰ ਹੋਇਆ ਸੀ ਇਸਲਾਮਾਬਾਦ ਰਹਿੰਦੇ ਆ ਭਰਾ ਇਹਦਾ ਕਿਤੇ ਸੁਣਿਆ ਹੋਊਗਾ ਰਿਆਜ ਆ ਦਲਦਾਰੀ ਨਾਲ ਤੇ ਉਹ ਚੰਗੇ ਕੰਮ ਦੇ ਵਿੱਚ ਆ ਹੱਥ ਉਹਦਾ ਇਹ ਵੀ ਸਾਡੇ ਪਿੰਡ ਦੇ ਇਹਨਾਂ ਉਹ ਕੋਠੀ ਆ ਕੇ ਫਿਰ ਸਿੱਖਾਂ ਦੀ ਇਹਨਾਂ ਸਾਂਭੀ ਇੱਥੇ ਅੱਛਾ ਸਿੱਖਾਂ ਦੇ ਘਰ ਸਾਂਭ ਲਏ ਇਹਨਾਂ ਨੇ ਆ ਕੇ ਵਿਹਲੇ ਜੇ ਸੀਗੇ ਸਾਹਮਣੇ ਸੀ ਉਹ ਛੱਡ ਗਿਆ ਸੀ ਬਹਿਣਾ ਹੀ ਸੀ ਉਹ ਜਿਹੜਾ ਕਮਰਾ ਵੀ ਵੇਖ ਕੇ ਆਇਓ ਉਹ ਕਮਰਾ ਉੱਥੋਂ ਤੁਰ ਕੇ ਇੱਧਰੋਂ ਤੇ ਐਂ ਨੂੰ ਲੰਘ ਜਾਂਦੀ ਸੀ ਉਹ ਸਿੱਖ ਦਾ ਹਰੀ ਸਿੰਘ ਦਾ ਗੋਦਾਮ ਸੀਗਾ ਹਰੀ ਸਿੰਘ ਦਾ ਗੋਦਾਮ ਸੀ ਵਿੱਚ ਆਲੂਆਂ ਦਾ ਬੀਜ ਰੱਖਣਾ ਇਧਰਲੇ ਮਕਾਨ 'ਚ ਇਧਰਲੇ 'ਚ ਕਣਕ ਇਧਰਲੇ 'ਚ ਖੰਡ ਗੁੜ ਕਣਕ ਖੰਡ ਸ਼ੱਕਰ ਯਾਨੀ ਕਿ ਹਰੀ ਸਿੰਘ ਚੰਗਾ ਅਮੀਰ ਆਦਮੀ ਸੀ ਇੱਥੇ ਦਾ ਲਓ ਜੀ 18 ਮਰਬਿਆਂ ਦਾ ਮਾਲਕ ਸੀ 18 ਮਰਬਿਆਂ ਦਾ 18 ਮਰਬਿਆਂ ਦਾ ਤੇ ਹਰ ਬਾਗ ਦੇ ਵਿੱਚ ਹਰ ਨਸਲ ਦਾ ਬੂਟਾ ਸੀ ਉਹਨਾਂ ਦਾ ਉਹਦਾ ਬਾਗ ਸੀ ਹਾਂ ਜਿਹੜਾ ਵਾਹ ਜੀ ਪੂਰਾ ਮਰੱਬਾ ਪੂਰਾ ਮਰੱਬਾ ਬਾਗ ਦਾ ਸੀ ਵਾਹ ਪੂਰਾ ਮਰੱਬਾ ਤੇ ਬਹੁਤ ਸੋਹਣਾ ਬਾਗ ਸੀ ਵਾਹ ਜੀ ਹਰ ਰੰਗ ਦਾ ਬੂਟਾ ਸੀ ਆ ਕਿੰਨੋ ਤਾਂ ਨਹੀਂ ਸੀ ਹੁੰਦਾ ਮਾਲਟਾ ਇੱਕ ਵਿੱਚੋਂ ਅਨਾਰ ਅਗਰ ਲਾਲ ਹੁੰਦਾ ਉਹਨੂੰ ਰੱਡ ਬਰੱਡ ਕਹਿੰਦੇ ਆ ਉਹ ਹੁੰਦਾ ਸੀ ਇੱਕ ਮਸੰਮੀ ਹੁੰਦੀ ਸੀ ਇੱਕ ਦੇਸੀ ਮਾਲਟਾ ਹੁੰਦਾ ਸੀ ਸੰਤਰਾ ਹੁੰਦਾ ਸੀ ਹੁਣ ਕਦੀ ਵੇਖਿਆ ਨਹੀਂ ਉਹ ਐਂਛਲਿਆ ਖਿੜ ਜਾਂਦਾ ਸੀ ਤੇ ਮਿੱਠਾ ਹੁੰਦਾ ਸੀ ਨਿੰਬੂ ਹੁੰਦਾ ਸੀ ਸਾਰੇ ਬੂਟੇ ਤੁਸੀਂ ਦੇਖੇ ਨੇ ਐਡੇ ਚਗੋਤਰੇ ਹੁੰਦੇ ਸੀ ਲੱਗਦੇ ਹਰੀ ਸਿੰਘ ਦੇ ਬਾਗ 'ਚ ਹਰੀ ਸਿੰਘ ਦੇ ਬਾਗ ਮੈਂ ਤੁਹਾਡਾ ਆਪਣਾ ਹੋਸਟ ਜੀ ਬਾਬਾ ਜੀ ਦੇਖੋ ਜੀ ਪੰਜਾਬ ਦੇ ਜਿਹੜੇ ਇੱਕ ਸਪੂਤ ਜਿਹੜੇ ਕਿ ਮਾਈਗ੍ਰੇਟ ਹੋ ਕੇ ਸੁਲਤਾਨਪੁਰ ਤੋਂ ਆਏ ਇੱਥੇ ਔਰ ਇੱਥੇ ਆ ਕੇ ਕੁਝ ਉੱਧਰ ਦੀਆਂ ਯਾਦਾਂ ਕੁਝ ਇੱਧਰ ਦੀਆਂ ਯਾਦਾਂ ਤੁਹਾਡੇ ਨਾਲ ਲੈ ਕੇ ਮੈਂ ਹਾਜ਼ਰ ਹੋਇਆ ਖੋਰੇ ਸੱਚ 47 ਦੇ ਕਈਆਂ ਨਾਲ ਚੰਗਾ ਹੋਇਆ ਕਈਆਂ ਨਾਲ ਮੰਦਾ ਹੋਇਆ ਜਿਨ੍ਹਾਂ ਨਾਲ ਚੰਗਾ ਹੋਇਆ ਇਹਨਾਂ ਨਾਲ ਚੰਗਾ ਹੋਇਆ ਇਹਨਾਂ ਨੇ ਦੱਸਿਆ ਕਿ ਵੀ ਸਾਡੇ ਨਾਲ ਕੁਛ ਨਹੀਂ ਹੋਇਆ ਲੇਕਿਨ ਅਸੀਂ ਬੜਾ ਕੁਛ ਹੁੰਦਾ ਵੇਖਿਆ ਆਪਣੀਆਂ ਅੱਖਾਂ ਨਾਲ ਬਹੁਤ ਕੁਝ ਵੇਖਿਆ ਦੇਖਿਆ ਹੁੰਦਾ ਬਹੁਤ ਕੁਝ ਦੇਖਿਆ ਹੁੰਦਾ ਰਿਹਾ ਦੇਖੋ ਆਸੇ ਪਾਸੇ ਪਿਆਰ ਮੁਹੱਬਤ ਹੁਸਨ ਇਖਲਾਕ ਇਹੀ ਸਾਰਾ ਬਰਾਹ ਕਰਮ ਇੱਕ ਦੂਜੇ ਨਾਲ ਪਿਆਰ ਕਰੋ ਪਾਕਿਸਤਾਨ ਦੀ ਕਦਰ ਕਰੋ ਪੰਜਾਬ ਦੀ ਕਦਰ ਕਰੋ ਅੱਜ ਦੀ ਨੌਜਵਾਨ ਨਸਲ ਇਹਨਾਂ ਗੱਲਾਂ ਤੋਂ ਦੂਰ ਹੈ ਬਰਾਹ ਕਰਮ ਹੈ ਦੇਖੋ ਬਜ਼ੁਰਗਾਂ ਦਾ ਮੈਸੇਜ ਦੇਖੋ ਇਹਨਾਂ ਦੇ ਚਿਹਰੇ ਦੇ ਉੱਤੇ ਦੋ ਸਦੀਆਂ ਦਾ ਪਹਿਰਾ ਹੈ ਪਿਛਲੀ ਸਦੀ ਦੇ ਹੈ ਇਸ ਸਦੀ ਦੇ 'ਚ ਆ ਕੇ ਇਹ ਸਾਰਾ ਕੁਛ ਦੇਖਦੇ ਨੇ ਬੱਚਿਆਂ ਦਾ ਅੱਜ ਕੱਲ੍ਹ ਦੇਖਦੇ ਨੇ ਰਵੱਈਆ ਦੇਖਦੇ ਨੇ ਅਤੇ ਹੈਰਾਨ ਹੁੰਦੇ ਨੇ ਹਾਂਜੀ ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸੇਵ ਹਿਸਟੋਰੀਕਲ ਪਲੇਸਿਸ ਆਫ ਦੀ ਪਾਕਿਸਤਾਨ ਦੇ ਨਾਲ ਸੇਵ ਗੁਰਦੁਆਰਾਜ ਐਂਡ ਟੈਂਪਲਸ ਆਫ ਪਾਕਿਸਤਾਨ ਇਹ ਹੈ ਮੇਰਾ ਪਾਕਿਸਤਾਨ ਪੰਜਾਬ ਪੇਜ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ ਬਾਬਾ ਜੀ ਬਹੁਤ ਸ਼ੁਕਰੀਆ ਤੁਹਾਡਾ ਰੱਬ ਰਾਖਾ ਜ਼ਿੰਦਗੀ ਰਹੀ ਤੇ ਫਿਰ ਮਿਲਾਂਗੇ ਅੱਲਾ ਤੰਦਰੁਸਤੀ ਦੇਵੇ ਤੁਹਾਨੂੰ ਵੀ ਜ਼ਿੰਦਗੀ ਦੇਵੇ ਤੰਦਰੁਸਤੀ ਦੇਵੇ ਰੱਬ ਰਾਖਾ ਮੈਂ ਤੁਹਾਨੂੰ ਦਿਖਾ ਰਿਹਾ ਸੀ ਪਿੰਡ ਹਰੀ ਸਿੰਘ ਅਤੇ ਮੈਨੂੰ ਇਹ ਬਜ਼ੁਰਗ ਦੱਸ ਰਹੇ ਸੀ ਹਰੀ ਸਿੰਘ ਜਿਹੜਾ ਸੀ ਇੱਥੇ ਦਾ ਅਮੀਰ ਤਰੀਨ ਆਦਮੀ ਸੀ ਔਰ 18 ਮਰੱਬਿਆਂ ਦਾ ਮਾਲਕ ਸੀ ਹਰੀ ਸਿੰਘ ਕਿੱਥੇ ਗਿਆ ਉਹਦਾ ਕੋਈ ਵਾਲੀ ਵਾਰਸ ਹੈ ਸੀ ਜਾਂ ਨਹੀਂ ਸੀ ਇਹ ਤਾਂ ਪਤਾ ਕੋਈ ਨਹੀਂ ਲੇਕਿਨ ਜਾਣ ਵਾਲੇ ਚਲੇ ਗਏ ਯਾਦਾਂ ਰਹਿ ਗਈਆਂ ਮੈਂ ਤੁਹਾਡਾ ਆਪਣਾ ਹੋਸਟ ਫਿਰ ਕਿਸੇ ਦਿਨ ਹਾਜ਼ਰ ਹੋਵਾਂਗਾ ਕਿਸੇ ਨਵੇਂ ਪਿੰਡ ਦੇ ਨਾਲ ਸਿੱਖ ਪੀਰੀਅਡ ਫੁੱਟ ਸਟੈਪਸ ਇਨ ਪਾਕਿਸਤਾਨ ਅੱਜ ਦਿਖਾ ਰਿਹਾ ਸਮੁੰਦਰੀ ਰੋਡ 'ਤੇ ਮੈਂ ਹਰੀ ਸਿੰਘ ਵਾਲਾ